आ जाओ भाई, सत श्रीकाल सारा नु जी। जो भी मेरा भरा कोई मैनू देख रहा, मैनू प्यार करने वाला लाइव जुड़े तां जरूर लाइव ते मेरे नाल जुड़े। ਸਤਿ ਸ਼੍ਰੀ ਅਕਾਲ ਬਾਈ, ਰਾਜਵਿੰਦਰ ਸੰਧੂ ਜੀ ਜੁੜੇ ਨੇ ਬਾਈ ਜੀ, ਭਰਾ ਬਚੀਮਾ, ਧੰਨਵਾਦ ਵੀਰੇ ਜਿਹੜੇ ਲਾਈਵ 'ਤੇ ਜੁੜੇ ਨੇ। ਐਸ ਕੇ ਰਮਲ, ਕਿਵੇਂ ਹੋ ਚਾਚਾ ਜੀ? ਠੀਕ ਆ, ਵਧੀਆ। ਦੋਸਤੋ, ਹੁਣ ਤੱਕ ਮੈਨੂੰ ਬਹੁਤ ਵਧੀਆ ਪਿਆਰ ਮਿਲਿਆ, ਮੈਨੂੰ ਪਿਆਰ ਕਰਨ ਵਾਲੇ ਸੱਜਣਾਂ ਦਾ, ਦੋਸਤਾਂ ਮਿੱਤਰਾਂ ਦਾ, ਭੈਣ ਭਰਾਵਾਂ ਦਾ ਅਤੇ ਐੱਨ ਆਰ ਆਈ ਵੀਰਾਂ ਦਾ। ਉਮੀਦ ਹੈ ਮੈਨੂੰ ਅੱਗੇ ਪਿਆਰ ਵੀ ਮਿਲਦਾ ਰਹੂਗਾ। ਬਸ ਕੁਝ ਗੱਲਾਂ ਸੀ ਤੁਹਾਡੇ ਨਾਲ ਕਰਨੀਆਂ ਜ਼ਰੂਰੀ, ਅਤੇ ਉਹ ਕਰਨ ਨੂੰ ਦਿਲ ਕੀਤਾ ਵੀ ਕਰ ਲਈਏ, ਹੈ ਨਾ। ਦੇਖੋ, ਪਰਮਾਤਮਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ, ਜਿਹਦੀ ਮਰਜ਼ੀ ਦੇ ਅਸੀਂ ਮਾਲਕ ਹਾਂ, ਅਸੀਂ ਆਪ ਜੀ ਸਕਦੇ ਹਾਂ, ਸਾਡੇ 'ਤੇ ਕਿਸੇ ਦਾ ਕੋਈ ਅਧਿਕਾਰ ਨਹੀਂ ਹੈਗਾ ਨਾ ਵੀ ਸਾਨੂੰ ਕੋਈ ਕਿੰਤੂ ਬੰਤੂ ਕਹੇ ਜਾਂ ਅਸੀਂ ਕਿਸੇ ਦਾ ਦਾਬ ਥੱਲੇ ਰਹੀਏ। ਚਲੋ, ਕਿਸੇ ਦੀ ਇੱਜ਼ਤ ਕਰਨਾ, ਕਿਸੇ ਨਾਲ ਪਿਆਰ ਨਾਲ ਰਹਿਣਾ, ਕਿਸੇ ਨੂੰ ਪਿਆਰ 'ਚ ਰੱਖਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਆ। ਮੈਂ ਨਾ ਤਾਂ ਕਦੇ ਕਿਸੇ ਜਾਤ ਪਾਤ ਕਰ ਈਰਖਾ ਕੀਤਾ, ਨਾ ਕਦੇ ਕਿਸੇ ਧਰਮ ਦਾ ਈਰਖਾ ਕੀਤਾ, ਕਿਉਂਕਿ ਜਾਤਾਂ ਪਾਤਾਂ ਧਰਮ ਸਾਰੇ ਆਪਾਂ ਨੇ ਵੰਡੇ ਨੇ। ਪਰਮਾਤਮਾ ਨੇ ਤਾਂ ਇਹ ਕਿਹਾ ਸੀਗਾ ਵੀ ਤੁਸੀਂ ਸਭ ਇੱਕੋ, ਮਨੁੱਖ ਇੱਕ ਜਾਤੀ, ਹੈ ਨਾ। ਪਰ ਅਸੀਂ ਇਹ ਸਭ ਕੁਛ ਜਿਹੜਾ ਆਪ ਵੰਡ ਲਿਆ, ਜਾਤਾਂ ਬਣਾ ਲਈਆਂ, ਧਰਮ ਵੰਡ ਲਏ। ਚਲੋ, ਸਭ ਦੀ ਆਪਣੀ ਆਪਣੀ ਲਾਈਫ ਆ, ਕੋਈ ਜੋ ਮਰਜ਼ੀ ਕਰੇ, ਪਰ ਕਦੇ ਵੀ ਕਿਸੇ ਨੂੰ ਗਲਤ ਨਾ ਬੋਲੋ, ਹੈ ਨਾ। ਨਾ ਕਿਸੇ ਦੇ ਧਰਮ ਦੇ ਖਿਲਾਫ਼, ਨਾ ਕਿਸੇ ਦੀ ਜਾਤ ਦੇ ਖਿਲਾਫ਼, ਕਿਉਂਕਿ ਦੇਖੋ ਸਭ ਕੁਛ ਇੱਥੇ ਰਹਿਣਾ, ਹੈ ਨਾ। ਇੱਥੋਂ ਨਾਲ ਕਿਸੇ ਨੇ ਕੁਛ ਨਹੀਂ ਲੈ ਕੇ ਜਾਣਾ। ਅਤੇ ਮੈਨੂੰ ਬੜਾ ਬਿਲੀਵ ਹੋਇਆ ਜਦੋਂ ਕਿਤੇ ਅਸੀਂ ਸ਼ਮੂਲੀਅਤ ਕਰਨੀ ਸੀਗੀ ਕਿਸੇ ਪ੍ਰੋਗਰਾਮ ਦੇ ਵਿੱਚ, ਮੈਂ ਜਗ੍ਹਾ ਦਾ ਨਾਂ ਨਹੀਂ ਲੈਣਾ, ਨਾ ਮੈਂ ਬੰਦਿਆਂ ਨਾਲ ਦੱਸਣਾ। ਉਸ ਲਈ ਮੈਂ ਪਹਿਲਾਂ ਮਾਫ਼ੀ ਚਾਹੁੰਦਾ ਕਿ ਸਿਰਫ ਉਹਨੇ ਉੱਥੇ ਜਾਤੀਵਾਦ ਲੈ ਕੇ ਵਿਵਾਦ ਖੜ੍ਹਾ ਕਰਨਾ ਚਾਹਿਆ ਸੀ, ਪਰ ਅਸੀਂ ਉਹ ਇੱਦਾਂ ਦਾ ਹੈਂਡਲ ਕੀਤਾ ਕਿ ਅਸੀਂ ਉੱਥੇ ਸ਼ਮੂਲੀਅਤ ਨਹੀਂ ਕੀਤੀ ਪ੍ਰੋਗਰਾਮ 'ਤੇ। ਕੁਝ ਕੁ ਅਸੀਂ ਸਾਡੇ ਐਨ ਜੀ ਓ ਦੇ ਬੱਚੇ ਭੇਜਤੇ ਸੀਗੇ ਜੋ ਸਾਡੇ ਨਾਲ ਕੋਈ ਸੇਵਾ ਕਰਦੇ ਨੇ। ਪਰ ਯਾਰ, ਜਦੋਂ ਆਪਾਂ ਇੱਕ ਪੜ੍ਹੇ ਲਿਖੇ ਹੋ ਕੇ ਨਾ, ਇੱਕ ਨੌਜਵਾਨ ਹੋ ਕੇ ਇਹਨਾਂ ਚੀਜ਼ਾਂ ਸੋਚਾਂਗੇ ਤਾਂ ਅਸੀਂ ਸਾਡੇ ਦੇਸ਼ ਨੂੰ, ਸਾਡੇ ਸਮਾਜ ਨੂੰ ਕਿਵੇਂ ਅੱਗੇ ਲੈ ਕੇ ਜਾਵਾਂਗੇ। ਮੈਂ ਹਰ ਇੱਕ ਬੰਦੇ ਲਈ ਇੱਕ ਭਿਖਾਰੀ ਤਰ੍ਹਾਂ ਮੰਗਦਾ ਰਿਹਾ, ਹੈ ਨਾ। ਜੇ ਕਿਸੇ ਨੂੰ ਇਲਾਜ ਦੀ ਲੋੜ ਹੈ, ਕਿਸੇ ਬੱਚੇ ਦਾ ਇਲਾਜ ਕਰਾਉਣਾ, ਕਿਸੇ ਦੀ ਫੀਸ ਭਰਨੀ ਹੈ, ਹੈ ਨਾ। ਚਲੋ, ਐਨ ਜੀ ਓ ਚਲਾਈ ਹੈ ਅਤੇ ਲੋਕਾਂ ਨੇ ਸਾਥ ਵੀ ਦਿੱਤਾ ਅਤੇ ਮਿਲਦਾ ਵੀ ਰਹੂਗਾ। ਕਦੇ ਬੱਚਿਆਂ ਕੋਲੋਂ ਗਲਤੀਆਂ ਵੀ ਹੋ ਜਾਂਦੀਆਂ ਨੇ, ਅਸੀਂ ਕਿਹੜਾ ਕੋਈ ਰੱਬ ਹਾਂ, ਅਸੀਂ ਵੀ ਤੁਹਾਡੇ ਜੀ ਹਾਂ, ਗਲਤੀ ਸਾਤੋਂ ਹੀ ਹੋ ਜਾਂਦੀ ਹੈ, ਠੀਕ ਹੈ ਨਾ। ਇਨਸਾਨ ਗਲਤੀਆਂ ਦਾ ਪੁਤਲਾ ਹੈ, ਪਰ ਕਿਸੇ ਬੰਦੇ ਨੂੰ ਇੱਦਾਂ ਹਰਟ ਕਰਨਾ, ਟੌਰਚ ਕਰਨਾ, ਹੈ ਨਾ, ਅਤੇ ਮਤਲਬ ਕੰਪੈਲ ਕਰਨਾ, ਮੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ। ਕਿਉਂਕਿ ਮੈਂ ਮੇਰੀ ਜਿੰਨੀ ਮਿੱਤਰਤਾ, ਮੇਰੀ ਮਿੱਤਰਤਾ ਦੇ ਵਿੱਚ ਹਰੇਕ ਜਾਤਵਾਦ ਦਾ ਪਾਈ ਹੈ। ਕਦੇ ਮੈਂ ਨਹੀਂ ਸਮਝਿਆ ਵੀ ਏ ਸੀ ਹੈ, ਬੀ ਸੀ ਹੈ, ਜਾਂ ਜੋ ਮਰਜ਼ੀ ਹੈ, ਹੈ ਨਾ, ਜਾਂ ਜੱਟ ਹੈ, ਕੀ ਹੈ ਇੱਥੇ, ਕੀ ਹੈ। ਜਾਂ ਜਦੋਂ ਸਾਡਾ ਕਿਤੇ ਐਕਸੀਡੈਂਟ ਹੁੰਦਾ ਜਾਂ ਕਿਸੇ ਭੈਣ ਦੀ ਡਿਲੀਵਰੀ ਹੁੰਦੀ ਹੈ, ਉੱਥੇ ਅਸੀਂ ਕਦੇ ਸੋਚਿਆ ਵੀ ਏ ਸੀ ਵੀਰ ਦਾ ਖੂਨ ਹੈ, ਬੀ ਸੀ ਵੀਰ ਦਾ ਖੂਨ ਹੈ, ਜਾਂ ਜੱਟਵਾਦ ਦਾ ਖੂਨ ਹੈ, ਜਾਂ ਪੰਡ ਦਾ ਬਾਹਮਣਾ ਪਾਣੀ ਹੈ, ਉੱਥੇ ਅਸੀਂ ਕਦੇ ਦੇਖਦੇ ਹਾਂ। ਉੱਥੇ ਅਸੀਂ ਕਹਿ ਦਿੰਦੇ ਹਾਂ ਬਾਈ ਬਾਈ ਜੀ, ਸਾਡੀ ਤਾਂ ਜਾਨ ਬਚਾਓ, ਜਿਵੇਂ ਮਰਜ਼ੀ ਕਰੋ। ਉੱਥੇ ਕਦੇ ਕਿਸੇ ਨੇ ਕਿਹਾ ਵੀ ਜਿਹੜਾ ਜੱਟਾਂ ਨੂੰ ਜੱਟ ਦਾ ਖੂਨ ਚਾਹੀਦਾ, ਜਿਹੜਾ ਬੀ ਸੀਆਂ ਨੂੰ ਬੀ ਸੀ ਦਾ ਖੂਨ ਚਾਹੀਦਾ? ਫਿਰ ਆਪਾਂ ਪੜ੍ਹੇ ਲਿਖੇ ਮੁੰਡੇ ਹੋ ਗਏ, ਪੜ੍ਹੇ ਲਿਖੇ ਨੌਜਵਾਨ ਪੀੜ੍ਹੀ ਹੋ ਗਏ, ਇੱਦਾਂ ਚੱਕਰਾਂ 'ਚ ਕਿਉਂ ਪੈਂਦੇ ਹਾਂ? ਇਹ ਲੋਕਤੰਤਰ ਹੈ, ਤੁਹਾਡੇ ਕੋਲ ਸਭ ਕੋਲ ਜਾਣ ਦਾ ਅਧਿਕਾਰ ਹੈ, ਲੋਕਤੰਤਰ ਹੈ, ਸਭ ਕੋਲ ਜਾਣ ਦਾ ਅਧਿਕਾਰ ਹੈ, ਠੀਕ ਹੈ। ਤੁਹਾਡੇ ਕੋਲ ਰਾਈਟ ਹੈ ਗੱਲਾਂ ਕਹਿਣ ਦਾ, ਕਰਨ ਦਾ, ਬੋਲਣ ਦਾ, ਜੋ ਮਰਜ਼ੀ ਕਰੋ।
पर इदां करके ना किसी नूं भड़काया ना करो, है ना। देखियो लोग घरां विच कम कर ले, कम कर देने घरे, कोई पोचा लाउणी हुंदी आ, कोई झाड़ू लाउणी हुंदी आ ना, कोई भांडे धोवाउणी हुंदी आ, उहदे भांडे वी वक्खरे पौड़ियां 'च रख देंदे ने यार। किद्दां है, मेरे घर विच वी लगी हुई इक लोड़वंद आ, असीं तां कदे वी नहीं भांडा वक्खरा रखिया, साडे वी पोचा लाउंदे घर दे विच, ते असीं उहनूं बराबर उठा के रोटी खवाउने आ। की आ इत्थे की रहना, एक इंसान दी राख बन जाणी आ मच के, इन्ना कु बन जाता बंदा मच के ना, ज्यौंदे जी नूं पाणी नहीं पुछदे, मरिया ते लड्डू करदे ने, जलेबियां करदे ने, सब कुछ इत्थे आ, निम्रता इत्थे है, सब कुछ इत्थे है। हुण तक वधिया कम करदे रहे हां, तुहाडा साथ रहा, वधिया कम करदे रहांगे, पर यार मैनूं आह गल्लां चंगियां लगदियां ते, है ना, मेरी वजह करके कदे किसी बंदे दा कोई मन दुखी होवे, मैं कदे कदे कोई जात प्रति जां किसी धर्म प्रति बोलिया वा, तां वीरे मैं हथ बन के नीवां हो के जरूर सुतो माफ़ी मंगदा, ते मेरे तो नहीं गल्लां चल होंदियां यार, मैनू चंगा ही लगदा, मैनू गल्लां चंगियां लगदियां, क्योंकि सानू परमात्मा ने इंसान दे रूप विच भेजा, ना कि शैतान दे रूप विच। असीं की कुछ बंड लिया, किन्नियां किन्नियां बंडियां पा लिया हरेक चीज़ दियां, ते जेकर फिर भी मैं फिर अखीर माफ़ी मंगदा, जेकर मैं कदे किसी नूं हर्ट कीता होवे जां किसी दी जात जां धर्म दे खिलाफ जां कदे किसी शान दे खिलाफ बोलिया वा, मैं माफ़ी मंगदा। पर मैं एक गल कहना भी, कदे भी किसी भी डिपार्टमेंट किसी महकमे विच, चाहे तुहाडा घर दे मैंबर ने, चाहे कोई डिपार्टमेंट आ, महकमा, तुहाडी कोई टीम है, तुहाडी कोई सोसाइटी है, तुसीं किसी भी चीज़ विचों तां इक वर्क दे नाल चलना पैंदा है। मैं कदे किसी दी शान दे खिलाफ़ नहीं बोलिया, जिहड़ा बंदा कदे कोई मेरी शान दे खिलाफ़ बोलू जां मेरे परमात्मा वल्लों दित्ते गए इन्हां स्टारां दे खिलाफ़ बोलू, आपां नहीं कदे बर्दाश्त कर सकदे। आपां किसे नूं कहांगे वीरे आपां नूं मर्जी सज़ा दे लिओ, पर मैं अपनी शान दे खिलाफ़ एक शब्द नहीं सुन सकता। जिथे मैं माड़ा हूँ मैनू फोन करके कह दियो जां मैनू मैसेज कर दियो कि वीरे तुसीं इत्थे गलत हो, आपां गलती मन्नांगे वीरे। जे बंदा गलती मनना कदे छोटा नहीं हुंदा, हुंदा गलती मनन लई भी जिगरा चाहिदा, बिना सोचे समझे कही जाने भैया करता फलाना करता धमका करता, किसी भी चीज़ का सबूत पेश करया करो, ठीक है। जिहड़ा बंदा गलती करूगा वीरे वो इत्थे ही भरूगा, सब कुछ इत्थे ही रहना है। मैनू जदों मेरे तक किसी मर्जी बंदे काम है, किसी नूं ब्रांड चाहिए, किसी नूं किसी तरह चीज़ चाहिए, जिन्ने के जोगा मैं हैगा वीरे मैनू कॉल कर लियो, पर मेरे फोन च प्रॉब्लम होने करके, दिक्कत होने करके, ते मैनू व्हाट्सएप जा मेरे को बहुत घट चल रहा, ते व्हाट्सएप ते मैनू घट्टो घट मैसेज करया करो वीरे। जदों मेरा मैसेज व्हाट्सएप चलता मैं अपने आप रिप्लाई कर देना, नहीं बहुत बंदे कहते हैं वीरे तू जवाब नहीं दिंदा व्हाट्सएप से, पता नहीं की प्रॉब्लम है वीरे, मेरे को व्हाट्सएप सही नहीं चलता, जिन्हों लोड़ है मैनू फोन करो 9174 42 324 से, मेरा फोन कभी बंद नहीं आऊगा, हर समय कोशिश करता मैं फोन ऑन रखा। कई बार पाठ करने वेले मैं 5 7 मिनट 10 मिनट जरूर फ्लाइट मोड ला देना, क्योंकि गुटका साहब फोन के डाउनलोड किया हो, सिर मैनू 10 मिनट बख्श दिया करो, बाकी जो मर्जी कॉल करो वीरे कोई चक्कर नहीं, पर ना आप किसी की शान के खिलाफ बोलियाँ ना कोई अपनी शान के खिलाफ बोले, जिथे गलती हो मेरी गलती मनांगे, ठीक है। परमात्मा ने इंसान के रूप में भेजा, इंसान बन के रहेंगे। मैं अपनी जिंदगी दे विच बहुत संघर्ष देखे ने, मैं सिर्फ 3 साल 9 दिन से जो मेरे डैडी की डैथ हुई है, छोटा भरा मेरा 1.5 साल का सी, 17 साल वेट की, 17 साल संघर्ष लड़ता रहा। 88 में डैडी डैथ हुई सी, 2004 के जाके मैंने जॉब मिली है, मेरे पापा भी जॉब करते सी, मैं सुनने कहा मेरे पापा भी जॉब करते सी, पर मैं जॉब लेने लिए हर शर्त हर एक चीज़ पूरी की सी, जे शायद मेरे पापा होंदे खबर मैं कितने होंदा, हो सकता मैं सिरे का बदमाश होंदा, डिफाल्टर होंदा, पर जिहड़ा बंदा थल्लों चल के जाता ना उन्हें पता है। मैं पहली बार साइकिल भी वीरे किस्तों पर लिया सी, 1130 रुपए का सनाब तो, ठीक है। मैनू पता है भी जिंदगी च मेहनत की अहमियत की है,
ਸਬਜ਼ੀ ਵੇਚਦਾ ਰਿਹਾ ਵੀਰੇ, ਬਿੱਲ ਭਰਾਉਂਦਾ ਰਿਹਾ, ਕੇਬਲ ਦੀ ਦੁਕਾਨ 'ਤੇ ਕੰਮ ਕਰਦਾ ਰਿਹਾ। ਪਰ ਉਦੋਂ ਬੜਾ ਮਨ ਦੁਖੀ ਹੁੰਦਾ ਨਾ ਜਦੋਂ ਅਗਲਾ ਸਾਡੀ ਸ਼ਾਨ ਦੇ ਖਿਲਾਫ਼ ਬੋਲਦਾ। ਮੈਂ ਤੁਹਾਨੂੰ ਕਿਹਾ ਸੀ ਪੰਜੋ ਕੋਲ ਕਦੇ ਹਥਿਆਰ ਨਹੀਂ ਹੁੰਦੀਆਂ, ਜਿਹੜਾ ਕੋਈ ਗਲਤ ਆ ਉਹਨੂੰ ਇੱਥੇ ਸਜ਼ਾ ਮਿਲਦੀ ਹੈ, ਸਭ ਕੁਛ ਇੱਥੇ ਰਹਿ ਜਾਂਦਾ। ਅਗਲਾ ਪਿਛਲਾ ਜਨਮ ਕਿਸੇ ਨੇ ਕੁਝ ਨਹੀਂ ਦੇਖਿਆ, ਉਹਦਾ ਬਹੁਤ ਬੁਰਾ ਹਾਲ ਹੁੰਦਾ ਹੈ। ਅਤੇ ਇਸ ਕਰਕੇ ਵੀਰ ਆਪਾਂ ਫਿਰ ਸਮਾਂ ਐਂਡ 'ਤੇ ਕਹਿੰਦੇ ਹਾਂ ਵੀ ਮੇਰੇ ਤੱਕ ਜਿਹਨੂੰ ਕਿਸੇ ਨੂੰ ਮੇਰੀ ਜਾਨ ਦੀ ਵੀ ਲੋੜ ਆ ਵੀ ਆ ਜਾ, ਪਰ ਆਪਾਂ ਆਪਣੀ ਸ਼ਾਨ ਦੇ ਖਿਲਾਫ਼ ਕੁਛ ਨਹੀਂ ਚੱਲ ਸਕਦੇ, ਨਾ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲੀਏ, ਨਾ ਆਪਾਂ ਨੂੰ ਕੋਈ ਬੋਲਿਓ। ਠੀਕ ਆ, ਕਿਤੇ ਗਲਤ ਹੋਵਾਂਗੇ ਆਪਣੀ ਗਲਤੀ ਕਰ ਦਿਓ। ਮੇਰੀਆਂ ਵੀਰੇ ਗੱਲਾਂ ਲੱਗੇ ਤਾਂ ਸ਼ੇਅਰ ਕਰ ਦਿਓ, ਨਹੀਂ ਤੁਹਾਡੀ ਮਰਜ਼ੀ ਹੈ। ਅਤੇ 9942342324 ਮੇਰਾ ਨੰਬਰ ਹੈ, ਜਦੋਂ ਮਰਜ਼ੀ ਵੀਰੇ ਯਾਦ ਕਰਿਓ ਅਤੇ ਆਪਾਂ ਸੇਵਾ ਵਿੱਚ ਹਾਜ਼ਰ ਹਾਂ। ਠੀਕ ਹੈ ਜੀ, ਅਤੇ ਮੈਂ ਐਂਡ 'ਚ ਫਿਰ ਵੀ ਕਦੇ ਮੇਰੀ ਵਜ੍ਹਾ ਕਰਕੇ ਕਦੇ ਕਿਸੇ ਦਾ ਮਨ ਦੁਖੀ ਹੋਵੇ, ਕਿਸੇ ਭੈਣ ਜਾਂ ਭਰਾ ਨੂੰ ਕਿਸੇ ਨੂੰ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਮਾਫ਼ੀ ਚਾਹੁੰਦਾ। ਮੈਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ, ਬਹੁਤ ਵੱਡੀ ਚੇਂਜ ਕਰਨਾ ਚਾਹੁੰਦਾ ਕਿ ਬਸ ਹਰ ਸਮੇਂ ਇੱਦਾਂ ਹੀ ਬਣ ਜਾਈਏ, ਕੋਈ ਨਾ ਮੱਥੇ ਵੱਟ ਪਾਈਏ ਨਾ ਤਿਉੜੀ ਪਾਈਏ। ਕੋਸ਼ਿਸ਼ ਕਰ ਰਿਹਾ ਪੂਰੀ, ਪਰਮਾਤਮਾ ਮਿਹਰ ਕਰੇ ਵੀ ਜਲਦੀ ਇੱਕ ਜ਼ਿੰਦਗੀ ਦਾ ਨਵਾਂ ਰੂਪ ਧਾਰਨ ਕਰਾਂਗੇ, ਹੋ ਸਕਿਆ ਤਾਂ। ਬਹਿਰੂ ਗਿਰਦਾ ਚੱਲ ਰਹੀ ਹੈ ਕਿਉਂਕਿ ਸਭ ਕੁਛ ਵੀਰੇ ਇੱਥੇ ਰਹਿਣਾ। ਅਤੇ ਬਹੁਤ ਗੱਲਾਂ ਦੇ ਹੋਰ ਵੀ ਨੇ ਪਰ ਨਹੀਂ ਹੋ ਰਹੀ ਹੈ। ਠੀਕ ਹੈ ਦੋਸਤੋ।